اعوذ باللہ من الشیطان الرجیم، بسم اللہ الرحمن الرحیم۔ السلام علیکم دوستو، تسی دیکھ رہے ہو اعتماد ٹی وی تے میں ہوں تہاڈا دوست منظور احمد۔ دوستاں دی خدمت دے وچ حاضر ہوئے ہیں اج پہلے دی طرح۔ بھائی دا نام ہے غلام دستگیر۔ ساری لوکیشن وی دسنے ہاں، جانوراں دے بارے وی دسنے ہاں۔ اس تو پہلے تانوں تمام دوستاں نوں 25 رمضان المبارک، ساریاں دوستاں نوں مبارک ہوئے جی۔ اج 25واں ماشاءاللہ روزہ ہے۔ اس رمضان المبارک دے صدقے تمام دوستاں نے ایک دوسرے واسطے بھی دعا کرنی کہ اللہ پاک اس مہینے دے صدقے دے نال، روزے دے صدقے دے نال، اللہ پاک جتنے بھی مسلمان ہیں، جو بھی جس حال وچ بھی جس جگہ تے بھی پریشان ہیں کرونا دی وبا تو، ویسے بھی اپنے حالات تو، کسے قسم دے بھی جڑے بھی دوست نو، مسلمان بھائی نو پریشانی، اللہ پاک اس مہینے دے صدقے دے نال پریشانیاں دور فرمائے، اپنے در تو رزق حلال عطا فرمائے جی۔ ساڈی بھی دعا ہے دوستاں واسطے، تسی دوستاں نے بھی ساڈے واسطے دعا کرنی کہ اللہ پاک ساڈے بھی سفر کیتا، تہاڈے دوستاں دے وچ خدمت دے وچ حاضر ہویا، تسی دوستاں نے بھی قبول کرنا ہے۔ بھائی غلام دستگیرن جی، اج انہاں دی تیسری ویڈیو بن رہی ہے۔ اج 8 مئی 2021 25 روزہ ہے جی۔ اسی ہفتے دا دن ہے، اسی سفر کر کے آئے، راؤنڈ اباؤٹ زیادہ نہیں تے 500 تو 600 کلومیٹر جڑا ہے نا، دو سائڈ دا سفر بنتا ہے رمضان شریف دے وچ۔ سارے دوستاں دے روزے دے نال آیا جی، صرف تہانوں دوستاں نوں اچھے جانور، کوشش یہی ہوندی کہ جتھوں لبن، پنجاب دے جڑے بھی کونے تو لبن، جتھوں جا کے اچھے جانور دکھائیے، اور کوشش کریے کہ جوں دے جانور دکھائیے۔ اسی تہاڈی خدمت وچ حاضر ہوئے ہیں، اور تسی ساڈے واسطے کی کرنا ہے کہ صرف اپنے اس چینل نوں کرنا ہے سبسکرائب، تے دوستاں نوں ویڈیو دے نال ضرور شیئر کرنا ہے۔ تہاڈے شیئر کرن دے نال دوستو جنا ہو سکے گا اے دوست ویڈیو ویکھن گے، ਤੁਹਾਨੂੰ ਵੀ ਫਾਇਦਾ ਹੋਏਗਾ, ਸਾਨੂੰ ਵੀ ਫਾਇਦਾ ਹੋਏਗਾ। ਅਸੀਂ ਤੁਹਾਡੇ ਤੇ ਖੁਸ਼ ਹੋਵਾਂਗੇ ਉਦੋਂ ਹੀ ਜਦੋਂ ਤੁਸੀਂ ਸਾਡੇ ਸਫ਼ਰ ਕੀਤੇ ਦਾ ਮੁੱਲ ਪਾਓਗੇ। ਅੱਜ ਜਾਨਵਰ ਹਨ ਜੀ ਭਾਈ ਗੁਲਾਮ ਦਸਤਗੀਰ ਦੇ ਕੋਲ 7 ਮੱਝਾਂ ਤੇ 3 ਗਾਵਾਂ ਜੀ। ਇੱਕ ਗਾਂ, ਅੱਛਾ ਸਰ, ਇੱਕ ਗਾਂ, 7 ਮੱਝਾਂ ਜੀ। ਦਿਖਾਉਂਦੇ ਆ ਨੰਬਰ ਭਾਈ ਗੁਲਾਮ ਦਸਤਗੀਰ ਦੱਸ ਦਿੰਦੇ ਨੇ। ਉਸ ਤੋਂ ਪਹਿਲੇ ਜੀ ਆਪਣੇ ਭਾਈਆਂ ਲਾਈਏ ਜੀ, ਇਹ ਵੀ ਸਾਡੇ ਨਾਲ ਬਿਲਕੁਲ ਉਨਾ ਹੀ ਸਫ਼ਰ ਕਰਕੇ ਆਏ ਨੇ, ਤੇ ਇੱਕ ਆਸ ਉਮੀਦ ਲੈ ਕੇ ਆਏ ਨੇ ਤੁਹਾਡੇ ਦੋਸਤਾਂ ਦੇ ਵਾਸਤੇ ਵੀ ਤੇ ਮੇਰੇ ਵਾਸਤੇ ਵੀ। ਬਾਈ ਦਾ ਨਾਮ ਹੈ ਰਾਏ ਅਲੀ, ਪਹਿਲੇ ਵੀ ਦੋਸਤਾਂ ਨੇ ਕੁਛ ਵੀਡੀਓ ਦੇ ਵਿੱਚ ਸੁਣਿਆ ਹੋਣਾ। ਰਾਏ ਅਲੀ ਉਕਾੜਾ ਐਨੀਮਲ ਟੀਵੀ ਦੇ ਜਿਹੜਾ ਹੈ ਆਨਰ ਹੈ ਜੀ, ਉਕਾੜਾ ਐਨੀਮਲ ਟੀਵੀ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਨਾ ਹੈ, ਅਤੇ ਉਹਨੂੰ ਵੀ ਦੋਸਤਾਂ ਦੇ ਨਾਲ ਸ਼ੇਅਰ ਕਰਨਾ ਹੈ। ਬਾਈ ਸਦੀ ਅਹਿਮਦ ਜੀ ਨਾਮ ਹੈ, ਅਤੇ ਪਾਕ ਐਨੀਮਲ ਟੀਵੀ ਤੋਂ, ਪਾਕ ਐਨੀਮਲ ਟੀਵੀ ਇਹਨਾਂ ਦਾ ਚੈਨਲ ਹੈ ਜੀ, ਇਹਨਾਂ ਦੇ ਚੈਨਲ ਨੂੰ ਵੀ ਜ਼ਰੂਰ ਵਿਜ਼ਿਟ ਕਰਨਾ ਹੈ। ਇਹਨਾਂ ਦੋਨਾਂ ਚੈਨਲਾਂ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਏਗਾ, ਅਤੇ ਮੇਰੀ ਵੀ ਰਿਕੁਐਸਟ ਹੈ ਭਾਈਆਂ ਦਾ ਵੀ ਆਉਣਾ, ਜਿਹੜਾ ਇਹਦੇ ਵਿੱਚ ਤੁਹਾਡੇ ਬਟਨ ਦੇ ਕਲਿੱਕ ਕਰਨ ਨਾਲ ਇਹਨਾਂ ਨਾਲ ਸਫ਼ਰ ਕੀਤਾ ਪੂਰਾ ਹੋ ਜਾਏਗਾ। ਜ਼ਰੂਰ ਇਹਨਾਂ ਦੇ ਚੈਨਲ ਨੂੰ ਵਿਜ਼ਿਟ ਕਰਨਾ ਜੀ। ਨੰਬਰ ਭਾਈ ਗੁਲਾਮ ਦਸਤਗੀਰ ਆਪਣਾ ਦੱਸ ਦੇਵੋ, ਅਤੇ ਮੇਰੀ ਵਾਰ ਵਾਰ ਦੋਸਤੋ ਇਹ ਰਿਕੁਐਸਟ ਹੈ ਕਿ ਜਾਨਵਰ ਖਰੀਦਣਾ ਨਾ ਖਰੀਦਣਾ ਉਹ ਜੀ ਆਪਣੀ ਨਸੀਬ ਆ, ਜਿੱਥੇ ਮੁਕੱਦਰ ਜਾਨਵਰਾਂ ਦਾ ਉੱਥੇ ਜਾਣੇ ਜਾਨਵਰ, ਅਤੇ ਜਿਨ੍ਹਾਂ ਦੇ ਨਸੀਬ ਵਿੱਚ ਦੁੱਧ ਹੈ ਜੀ ਉਹ ਮਿਲਣਾ। ਤੁਸੀਂ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਨਾ, ਔਰ ਐਂਡ ਤੱਕ ਲਾਜ਼ਮੀ ਦੇਖਣਾ। ਇਨਸ਼ਾਅੱਲਾ ਕੋਸ਼ਿਸ਼ ਕਰਾਂਗੇ ਕਿ ਜਾਨਵਰ ਤੁਹਾਨੂੰ ਪਸੰਦ ਆਣਗੇ, ਜਿੰਨਾ ਤੁਸੀਂ ਰਿਸਪੌਂਸ ਦੇਗੇ ਇਨਸ਼ਾਅੱਲਾ ਨੈਕਸਟ ਟਾਈਮ ਉਹਨਾਂ ਅਸੀਂ ਜ਼ਿਆਦਾ ਸਫ਼ਰ ਤੁਹਾਡੇ ਵਾਸਤੇ ਕਰਾਂਗੇ। ਜੀ ਭਾਈ ਗੁਲਾਮ ਦਸਤਗੀਰ ਆਪਣਾ ਨੰਬਰ ਦੱਸੋ। ਜੀ ਭਾਈ ਮਨਜ਼ੂਰ, ਨੰਬਰ 345 87 31 04, ਇਹ ਵਟਸਐਪ ਨੰਬਰ ਅਤੇ ਇਹ ਕਾਲ ਨੰਬਰ 0345 87 31 046। ਲੋਕੇਸ਼ਨ ਇਹਨਾਂ ਦੀ ਜੀ 146 ਮਰਾਦ ਪਿੰਡ, ਤਹਿਸੀਲ ਹਾਸਲਪੁਰ, ਜ਼ਿਲ੍ਹਾ ਬਹਾਵਲਪੁਰ, ਤਹਿਸੀਲ ਹਾਸਲਪੁਰ, ਜ਼ਿਲ੍ਹਾ ਬਹਾਵਲਪੁਰ, ਪਿੰਡ ਦਾ ਨਾਮ ਹੈ ਜੀ 146 ਮੁਰਾਦ, ਆਪਣਾ ਡਾਰਾਂ ਵਾਲੇ ਰੋਡ 'ਤੇ ਹੈ ਜੀ, ਆਪਣਾ ਹਾਸਲਪੁਰ ਤੋਂ ਡਾਰਾਂ ਵਾਲੇ ਰੋਡ 'ਤੇ ਜੀ ਇਹਨਾਂ ਦਾ, ਤਕਰੀਬਨ 20 ਤੋਂ 25 ਕਿਲੋਮੀਟਰ ਦੇ ਨਜ਼ਦੀਕ ਪਿੰਡ ਹੈ। ਅਤੇ ਜੀ ਦਿਖਾਈਏ ਪਹਿਲੇ ਨੰਬਰ 'ਤੇ ਜੋਟੀ, ਅਤੇ ਉਹਦੀ ਨਾਲ ਨਾਲ ਹੀ ਪੁੱਛਣਾ ਜੀ ਡਿਟੇਲ। ਇਹ ਸਾਰਾ ਕ੍ਰੈਡਿਟ ਜਾਂਦਾ ਜੀ ਭਾਈ ਸਾਡੇ ਬਹੁਤ ਹੀ ਪਿਆਰੇ ਭਾਈ, ਸਾਡੇ ਇਸਦੇ ਮਾਬ ਭਾਈ ਨਾਸਰ ਅਲੀ, ਉਹ ਜੀ ਸਾਡੇ ਵੱਡੇ ਭਾਈ ਹਨ, ਮੋਹਤਰਾਮੈਨ ਜਰਮਨੀ ਤੋਂ ਆਉਂਦੇ ਨੇ ਜੀ। ਇਹ ਸਾਰਾ ਵੀਡੀਓ ਦਾ ਕ੍ਰੈਡਿਟ, ਮਾਲ ਦਾ ਸਾਰਾ ਕੁਛ ਇਹ ਉਹਨਾਂ ਨੂੰ ਜਾਣਨਾ ਹੈ। ਭਾਈ ਨਾਸਰ ਅਲੀ ਸਾਹਿਬ ਨੂੰ ਵੀ ਮੇਰੀ ਤਰਫੋਂ, ਭਾਈ ਗੁਲਾਮ ਦਸਤਗੀਰ ਦੀ ਤਰਫੋਂ, ਦੂਸਰੇ ਸਾਰਿਆਂ ਦੋਸਤਾਂ ਦੀ ਤਰਫੋਂ ਬਹੁਤ ਬਹੁਤ ਅਸਲਾਮ ਹੋਵੇ ਜੀ। ਜੀ ਪਹਿਲੇ ਨੰਬਰ 'ਤੇ ਦੋਸਤੋ ਜੋਟੀ ਦਿਖਾ ਰਹੇ ਨੇ ਡਿਟੇਲ, ਭਾਈ ਗੁਲਾਮ ਦਸਤਗੀਰ ਨਾਲ ਨਾਲ ਦੱਸੀ ਜਾਣੀ ਹੈ ਕਿ ਇਹ ਕਿੰਨਵਾਂ ਵਾਰਾ ਸੂਈ ਹੋਈ ਹੈ, ਥੱਲੇ ਕੀ ਹੈ, ਦੁੱਧ ਕਿੰਨਾ,
ਕਿੰਨਿਆਂ ਦਿਨਾਂ ਦੀ ਸੂਈ ਹੋਈ ਹੈ, ਥੋੜ੍ਹਾ ਜਿਹਾ ਕਲੀਅਰ ਕਰਕੇ ਡਿਟੇਲ ਦੋਸਤਾਂ ਨੂੰ ਦੱਸਣੀ ਤਾਂ ਕਿ ਕੋਈ ਚੀਜ਼ ਮਿਸ ਨਾ ਹੋਵੇ। ਹਾਂਜੀ ਹਾਂਜੀ ਬਿਲਕੁਲ ਕਲੀਅਰ ਕਰਕੇ ਮਸਲ ਨੂੰ ਅੱਗੇ ਵੀਡੀਓ ਪਾਈ ਦੇ ਅਰਕੇ ਜਿਹੜਾ ਵੀ ਮੱਝ ਜਿਹੜਾ ਵੀ ਡੰਗਰ ਨਾ ਹਰ ਇੱਕ ਤੋਂ ਵੱਧ ਕੇ ਮਾਸ਼ਾਅੱਲਾ ਜਾਨਵਰ ਸੋਹਣੇ ਸਾਰੇ ਨੀਲੀ ਬ੍ਰਾਂਡ ਜੇ ਠੀਕ ਹੈ ਤੇ ਨੀਲੀ ਦਾ ਸਾਰਾ ਮਾਲ ਜੇ ਇਨਸ਼ਾਅੱਲਾ ਸਾਰੇ ਭਾਵਾਂ ਨੂੰ ਪਸੰਦ ਆਏਗਾ ਜੀ। ਬੱਚਿਆਂ ਤੋਂ ਥੋੜ੍ਹਾ ਜਿਹਾ ਸਾਈਡ ਤੇ ਕੱਢ ਲਵੋ ਜੀ। ਅੱਛਾ ਜੀ ਇਹ ਕਿੰਨਾ ਵਾਰਾ ਸੂਈ ਹੋਈ ਹੈ ਜੀ? ਉਹ ਮੁੰਨ ਛੱਡ ਜੀ ਆਪਣਾ ਬਾਈ ਗੁਲਾਮ ਦਸਤਗੀਰ ਜਿਹੜਾ ਨਾ ਇਹਦੀ ਡਿਟੇਲ ਥੋੜ੍ਹੀ ਜਿਹੀ ਬੋਲੋ, ਵੀਡੀਓ ਨੂੰ ਕਵਰ ਕਰੀਏ ਜਾਨਵਰ ਜ਼ਿਆਦਾ ਵੀਡੀਓ ਜ਼ਿਆਦਾ ਲੰਬੀ ਹੋਣ ਤੇ ਫਿਰ ਪ੍ਰੋਬਲਮ ਬਣਦੀ ਵੇਖਣ ਦੇ। ਇਹ ਜੀ ਕਿੰਨਵਾਂ ਸੁਬਾਹ ਸੂਈ ਹੋਈ ਹੈ ਜੀ? ਮਨਜ਼ੂਰ ਭਾਈ ਇਹ ਦੂਸਰਾ ਸੁਬਾਹ ਸੂਈ ਜੇ ਜੀ, ਮਗਰ ਇਹਦੇ ਕੱਟਾ ਤੇ 8 ਤੋਂ ਦਿਨ 8 ਤੋਂ 9 ਦਿਨਾਂ ਦੀ ਸੂਈ ਤਕਰੀਬਨ ਠੀਕ ਹੈ। ਸਾਹਮਣੇ ਦਾ ਕੱਟਾ ਵੀ ਤੁਹਾਨੂੰ ਦਿਖਾ ਦਿੰਦੇ ਹਾਂ। ਦੂਸਰਾ ਵਾਰਾ 200 ਸੂਈ ਹੋਈ ਹੈ, 8 ਤੋਂ 10 ਦਿਨ ਦੀ ਤੁਸੀਂ ਕਰ ਲਓ ਸੂਈ ਹੋਈ ਹੈ। ਥੱਲੇ ਕੱਟਾ ਜਿਹੜਾ ਪੱਕਾ ਬਾਈ ਗੁਲਾਮ ਦਸਤਗੀਰ ਚੁਆਈ ਕਰਵਾ ਕੇ ਦੁੱਧ। ਰਮਜ਼ਾਨ ਸ਼ਰੀਫ ਦਾ ਮਹੀਨਾ ਹੈ ਤੇ ਗੱਲ ਕਰਨੀ ਸਿੱਧੀ ਤੇ ਸਾਫ਼। ਬਿਲਕੁਲ ਬਿਲਕੁਲ ਸਾਫ਼ ਸਿੱਧੀ। ਅੱਧਾ ਕਿਲੋ ਘੱਟ 10 ਲੈਣਾ, ਨਾ ਤੰਗ ਕਰੋ ਯਾਰ ਜਾਨਵਰ ਨੂੰ ਇਸ ਤਰ੍ਹਾਂ ਮਾਰਨ ਨਾਲ ਜ਼ਿਆਦਾ ਤੰਗ। ਕੋਈ ਨਹੀਂ ਤੂੰ ਈਜ਼ੀ ਹੋ ਗਿਆ, ਥੋੜ੍ਹਾ ਜਿਹਾ ਬੱਚੇ ਦੇ ਕਰਕੇ ਕਰਦੇ ਵੀ ਕੋਈ ਨਹੀਂ, ਬੱਚਾ ਇੱਥੇ ਲਾ ਕੇ ਲੈ ਕੇ ਆ ਜਾਓ ਆਰਾਮ ਨਾਲ ਖਲੋ ਜਾਣੀ, ਕੋਈ ਮਸਲਾ ਹੀ ਨਹੀਂ। ਅੱਛਾ ਇਹਦੇ ਕੋਲ ਜੀ ਬਾਈ ਗੁਲਾਮ ਦਸਤਗੀਰ ਜਿਹੜਾ ਪੱਕਾ ਦੁੱਧ ਹੈ। ਹਾਂਜੀ ਹਾਂਜੀ ਪੱਕਾ ਜਿਹੜਾ ਤੁਸੀਂ ਚੁਆਈ ਕਰਵਾ ਕੇ ਦਿਓਗੇ ਵੀ ਕੋਈ ਵੀ ਦੋਸਤ ਆਪਣਾ ਬਿਲਾ ਝਿਜਕ ਆਏ ਆਪਣਾ ਟਾਈਮ ਟੂ ਟਾਈਮ ਗੱਡਵੀ ਮਾਰ ਕੇ ਜਿਹੜਾ ਚੁਆਈ ਕਰੇ ਤੇ ਜਿਹਦੇ ਵਿੱਚ ਆਪਾਂ ਨੂੰ ਕੋਈ ਝੂਠਿਆਂ ਨਹੀਂ ਪੈਣਾ ਪੈਂਦਾ, ਆਪਣਾ ਪਰੇਸ਼ਾਨੀ ਨਹੀਂ ਬਣਦੀ, ਉਹ ਤੁਸੀਂ ਦੁੱਧ ਦੱਸਣਾ ਇਹਦੇ ਕੋਲ ਕਿੰਨਾ? ਬਿਲਕੁਲ ਮਨਜ਼ੂਰ ਭਾਈ ਅੱਗੇ ਵੀ ਇਵੇਂ ਜਿਹੜਾ ਦੁੱਧ ਪੱਕਾ ਹੁੰਦਾ ਨਾ ਮੱਝ ਕੋਲ ਉਹੀ ਦੱਸਣੇ ਆ। ਦੂਸਰੇ ਸਿਰੇ ਝੋਟੀ ਜੇ ਜੀ ਸੋਹਣੀ ਥਣਾਂ ਦੀ ਚੱਡੇ ਦੀ ਸਾਹ ਥਣਾਂ ਦੀ ਸਾਹ ਬਿਲਕੁਲ ਬਿਹਤਰੀਨ ਜੀ ਜੀ ਨੀਲੀ ਦੀ ਨਸਲ ਜੇ ਔਰ ਇਹਦੇ ਕੋਲ ਪੱਕਾ ਦੁੱਧ ਜਿਹੜਾ ਇਹ 17 ਕਿਲੋ ਜੇ 17 ਕਿਲੋ ਮੁਕੰਮਲ ਦੁੱਧ ਹੈ ਦੋਨਾਂ ਟਾਈਮਾਂ ਦੇ ਤੇ ਪਿਛਲੇ ਸਵੇਰ ਦੇ 18-19 ਕਿਲੋ ਕਰਦੀ ਰਹੀ ਹੈ ਤੇ ਅਰਕੀ ਦੂਜਾ ਸਵੇਰ ਇਨਸ਼ਾਅੱਲਾ ਇਹਨੇ ਹੋਰ ਮਜ਼ੀਦ ਵਧਣਾ ਆ ਜੇ ਮੈਲਾ ਮੁਲਾ ਸੁੱਟਣਾ ਜੇ ਮਗਰ ਇਹਦੇ ਕੱਟਾ ਜੇ ਠੀਕ ਹੋ ਗਿਆ ਸਰ। ਦੋਸਤੋ ਦੂਜਨ ਚੋਟੀ ਹੈ ਜੀ, 8 ਤੋਂ 10 ਦਿਨ ਦੀ ਸੂਈ ਹੈ, ਕੱਟਾ ਵੀ ਦਿਖਾ ਦੇਵੋ। ਕੱਟਾ ਹੀ ਮਾਸ਼ਾਅੱਲਾ ਚੰਗਾ ਤਗੜਾ ਸੰਭਿਆ ਹੋਇਆ ਔਰ ਦੁੱਧ ਪੀਤਾ ਹੋਇਆ ਕੱਟੇ ਨੇ ਤੇ 17 ਕਿਲੋ ਹਾਜ਼ਰ ਮੌਕੇ ਅਜੇ 10-10 ਦਿਨਾਂ ਦੀ ਸੂਈ ਦੇ ਕੋਲ। ਇਹਦੇ ਕੋਲ ਪੱਕਾ ਦੋਨਾਂ ਟਾਈਮਾਂ ਦਾ ਚੁਆਈ ਕਰਵਾ ਕੇ ਦੁੱਧ ਹੈ। ਜਿਹੜਾ ਵੀ ਦੋਸਤ ਇਨਸ਼ਾਅੱਲਾ ਇਹਦੀ ਖਿਦਮਤ ਕਰੇਗਾ ਬਾ ਫਜ਼ਲੇ ਖੁਦਾ, ਜਿਵੇਂ ਭਾਈ ਗੁਲਾਮ ਦਸਤਗੀਰ ਦੱਸ ਰਹੇ ਨੇ ਕਿ ਪਿਛਲੇ ਸੂਏ 18-19 ਕਿਲੋ ਦਿੰਦੇ ਰਹੀ, ਇਹ ਸੂਏ ਇਨਸ਼ਾਅੱਲਾ 23-24 ਲੀਟਰ ਦੁੱਧ ਕਰਨ ਵਾਲੀ ਝੋਟੀ ਹੈ। ਪੱਕੇ ਲਿਬਾਸ ਦੀ ਚੱਡੇ ਦੀ ਹੈ, ਖੂਬਸੂਰਤ ਕਾਲੀ ਸਿਆਹ ਪੁੱਠਾ ਚੰਗਾ, ਅੱਖਾਂ ਕਾਲੀਆਂ, ਸਿੰਘ ਮਾਸ਼ਾਅੱਲਾ ਹਰ ਪਾਸੋਂ ਖੂਬਸੂਰਤ। ਅੱਛਾ ਜੀ ਇਹਦੀ ਨਾ ਬਾਈ ਗੁਲਾਮ ਦਸਤਗੀਰ ਪਿਆਰ ਮੁਹੱਬਤ ਭਰੀਆਂ ਗੱਲਾਂ ਕਰਕੇ ਨਾ ਇਹਦੀ ਕੀਮਤ ਦੱਸੋ ਜੀ। ਹਾਂਜੀ ਸੋਹਣੀ ਕੀਮਤ ਦੀ ਕੋਈ ਸਾਡੇ ਆਉਣ ਦਾ ਮੁੱਲ ਤੇ ਦੋਸਤਾਂ ਦੇ ਵੇਖਣ ਦਾ ਮੁੱਲ, ਗੱਲਾਂ ਕਰਨੀਆਂ ਨੇ ਪੱਕੀਆਂ ਪੱਕੀਆਂ। ਠੀਕ ਹੋ ਗਿਆ ਜੀ ਜੀ ਬੋਲੋ। 3,80,000 ਰੁਪਈਆ ਜੇ ਮਕੂਲ, ਜਿਵੇਂ ਦੀ ਮੱਝ ਆ ਜਿਵੇਂ ਦੁੱਧ ਆ, ਕੋਈ 4-5 ਲੱਖ ਉਹ ਨਹੀਂ, ਸਿਰਫ ਮਕੂਲ ਜਿਹਾ ਤੁਹਾਨੂੰ ਰੇਟ ਦੱਸਿਆ ਵੀ 3,80,000 ਰੁਪਈਆ ਡਿਮਾਂਡ ਇਹਦੀ ਤੇ ਬਹੁਤ ਨਹੀਂ, ਅਸੀਂ 4.5-5 ਉਹ ਕੋਈ ਜੇ। ਠੀਕ ਹੋ ਗਿਆ, 3,280,000 ਰੁਪਈਆ ਡਿਮਾਂਡ ਹੈ ਭਾਈ ਗੁਲਾਮ ਦਸਤਗੀਰ ਤੁਹਾਡੀ, 3,80,000 ਦੀ ਹੋ ਗਈ ਜੀ ਤੇ ਸਾਡੇ ਵਾਸਤੇ। ਅਸੀਂ ਵੀ ਤੁਹਾਨੂੰ ਦੱਸਿਆ, ਦੋਸਤਾਂ ਨੂੰ ਵੀ ਪਤਾ ਹੈ ਕਿ 600 ਕਿਲੋਮੀਟਰ ਕਰਕੇ ਆਇਆ ਤੇ ਸਾਡੇ ਵਾਸਤੇ ਕੀ ਕਦਰ ਆਈ ਆ, ਇਹਦੇ ਵਿੱਚੋਂ ਤੇ ਜਿਹੜੇ ਦੋਸਤਾਂ ਨੇ ਫਿਰ ਆਉਣਾ ਹੈ ਆਖਿਰ ਸਫ਼ਰ ਕਰਕੇ ਆਉਣਾ, ਕਿਰਾਏ ਭਰ ਕੇ ਆਉਣਾ, ਉਹਨਾਂ ਵਾਸਤੇ ਕੀ ਇੱਕੋ ਵਾਰੀ ਇੱਕੋ ਗੱਲ ਕਰ ਛੱਡੋ। ਠੀਕ ਹੋ ਗਿਆ ਜੀ ਇਹਦੀ ਭਾਈ ਆਖਰੀ ਜਿਹੜੀ ਕੀਮਤ ਜਿਹੜੀ ਫਾਈਨਲ ਆ ਨਾ, ਰਮਜ਼ਾਨ ਦਾ ਮਹੀਨਾ ਹੈ, ਬਹੁਤ ਹੀ ਬੈਸਟ ਕਰਨ ਦੀ ਕੋਈ, 3,70,000 ਰੁਪਈਆ ਪੱਕਾ ਛੱਤਾ। ਹੁਣ ਹੋਰ ਨਾ ਗੁੰਜਾਇਸ਼ ਕੋਈ ਤੇ ਨਾ ਤੁਸੀਂ ਸਾਨੂੰ ਆਖਣਾ, ਠੀਕ ਆ? ਚਲੋ ਠੀਕ ਹੈ, ਚਲੋ ਅਸੀਂ ਨਹੀਂ ਆਖਦੇ ਜੀ ਕਿ ਦੋਸਤਾਂ ਨਾਲ ਜ਼ਰੂਰ ਪਿਆਰ ਮੁਹੱਬਤ ਕਰੋਗੇ, ਬਾਕੀ ਥਣਾਂ ਦੀ ਗਰੰਟੀ ਹੈ, ਥਣਾਂ ਦੀ ਸਵਾ ਪਸਮਾ ਦੀ ਥਰਾਂ ਦੀ ਕੋਈ ਵੱਧ ਘੱਟ ਉਸੇ ਦੀ ਗਰੰਟੀ ਹੋਏਗੀ। ਠੀਕ ਹੋ ਗਿਆ ਜੀ, ਦਿਖਾਓ ਅੱਗੇ ਦੂਸਰਾ ਜੀ। ਦੋਸਤੋ ਅੱਗੇ ਦੂਸਰੇ ਨੰਬਰ ਤੇ ਝੋਟੀ ਦਿਖਾ ਰਹੇ ਨੇ ਜੀ ਬਾਈ ਗੁਲਾਮ ਦਸਤਗੀਰ, ਇਹਦਾ ਦੱਸੋ ਜੀ ਕਿੰਨਵਾਂ ਵਾਰਾ ਸੂਈ ਹੋਈ ਹੈ ਇਹਦਾ? ਭਾਈ ਮਨਜ਼ੂਰ ਦੂਸਰਾ ਸੋ ਸੂਈ ਜੇ ਵੀ ਠੀਕ ਹੈ, ਇਹਦੇ ਮਗਰ ਵੀ ਕੱਟਾ ਜੇ, ਆ ਕੱਟਾ ਵੀ 5-7 ਦਿਨਾਂ ਦੇ ਕੱਟਾ ਜੇ ਸਾਹਮਣੇ ਨਜ਼ਰ ਆਉਂਦੇ ਆ ਠੀਕ ਹੈ। ਸਾਰੇ ਡੰਗਰ ਤਾਜ਼ੇ ਸੋਏ ਨੇ ਸਵਾ ਇੱਕ ਮੱਝ ਚੋਂ, ਸਹੀ ਹੋ ਗਿਆ। ਬਾਕੀ ਸਾਰੇ ਦੂਜੇ ਸੂਏ ਝੋਟੀਆਂ ਨੇ ਠੀਕ ਹੈ, ਤੇ ਇਹਦੇ ਵੀ ਆ 5-7 ਦਿਨ ਦੀ ਬਸ, ਬਹੁਤ ਜ਼ਿਆਦਾ ਕੋਈ ਨਹੀਂ ਜੇ। ਦੂਸਰਾ ਸੁਆ ਸੂਈ ਹੋਈ ਹੈ, ਥੱਲੇ ਕੱਟਾ 200 ਤੇ 5-7 ਦਿਨ ਦੀ ਸੂਈ ਹੋਈ ਹੈ। ਇਹਦੇ ਕੋਲ ਜੀ ਪੱਕਾ ਦੁੱਧ ਜਿਹੜਾ ਚੁਆਈ ਕਰਵਾ ਕੇ ਕਿੰਨਾ ਜੀ? ਇਹਦੇ ਕੋਲ ਬਾ ਮਨਜ਼ੂਰ 15-16 ਕਿਲੋ ਪੱਕਾ ਦੁੱਧ ਠੰਡਾ ਜਿਹੜਾ ਅਸੀਂ ਗੱਡੀਆਂ ਮਾਰ ਕੇ ਦੇਣਾ ਨਾ ਜੀ, ਤੇ ਮਾਸ਼ਲ ਉਹਦਾ ਲਿਬਾਸ ਵੀ ਕੋ ਅੰਦਰ ਜਾਂਦੇ ਤੇ ਜਾਵਣ ਦੇ, ਅੰਦਰ ਜਾਂਦੇ ਤੇ ਜਾਣ ਦੇਵੋ, ਕੋਈ ਨਹੀਂ ਖੁੱਲੀ ਤੁਰਨ ਦੇਵੋ, ਜਾਵਣ ਜਾਂਦੇ। 200 ਜ਼ਿਆਦੀਆਂ ਗੱਲਾਂ ਤੇ ਜ਼ਿਆਦਾ ਕਿਵੇਂ ਕਹਿੰਦੇ ਤਾਰੀਫਾਂ ਦੀ ਜ਼ਰੂਰਤ ਕੋਈ ਨਹੀਂ, ਚੀਜ਼ ਤੁਹਾਡੇ ਸਾਹਮਣੇ ਹੈ। ਜਿਵੇਂ ਕਰਕੇ ਤੁਸੀਂ ਇਹ ਪੁੱਠਾ ਵੇਖਦੇ ਪਏ ਹੋ, ਮਾਸ਼ਾਅੱਲਾ ਲਿਬਾਸ ਵੇਖਦੇ ਪਏ ਹੋ, ਥਣ ਵੇਖਦੇ ਪਏ ਹੋ, ਕੱਦ ਬਹੁਤ ਖੂਬਸੂਰਤੀ ਉਹ ਜੀ ਤੁਹਾਡੇ ਸਾਹਮਣੇ ਨਜ਼ਰ ਆ ਰਹੀ ਹੈ। ਇਸ ਚੀਜ਼ ਦੀ ਪਰਖ ਤੁਸੀਂ ਖੁਦ ਹੀ ਕਰ ਲੈਣੀ ਕਿ ਕਿਸ ਚੀਜ਼ ਦਾ ਨੀਲੀ ਦਾ, ਰਾਵੀ ਦਾ, ਕਰਾਸ ਹੈ, ਜੋ ਵੀ ਬ੍ਰਾਂਡ ਹੈ ਨਾ ਇਹ ਜੀ। ਦੋਸਤੋ ਜ਼ਿਆਦਾ ਗੱਲਾਂ ਕਰਨ ਨਾਲ ਇੱਕ ਤਾਂ ਖੱਪਿਆ ਨਹੀਂ ਜਾਣਾ ਜੀ ਤੇ ਔਰ ਦੂਜੇ ਨੰਬਰ 'ਤੇ ਵੀਡੀਓ ਲੰਬੀ ਹੁੰਦੀ।
ਸਾਡਾ ਮਕਸਦ ਹੈ ਤੁਹਾਨੂੰ ਡਿਟੇਲ ਦੱਸਣਾ ਅਤੇ ਅੱਗੇ ਛੋਟੀ ਦੀ ਪਰਖ ਤੁਸੀਂ ਖੁਦ ਕਰਨੀ। ਦੂਸਰਾ ਵਾਰਾ ਸੂਈ ਹੋਈ ਹੈ, ਥੱਲੇ ਕੱਟਾ 5 ਤੋਂ 7 ਦਿਨ ਦੀ ਸੂਈ ਹੋਈ ਹੈ, 15 ਤੋਂ 16 ਕਿਲੋ ਪੱਕਾ ਦੁੱਧ ਚੁਆਈ ਕਰਵਾ ਕੇ ਦੋਨਾਂ ਟਾਈਮਾਂ ਦਾ ਮੁਕੰਮਲ ਹੈ। ਦੇਖੋ ਜੀ ਬਾਕੀ ਥਣ ਮਾਸ਼ਾਅੱਲਾ ਫੀਲ ਵੇਖ ਲਵੋ ਜੀ, ਅਸੀਲ ਸ਼ਰਾਫ ਹੈ, ਜਿਵੇਂ ਮਰਜ਼ੀ ਥੱਲੇ ਬੈਠਿਆ ਅਤੇ ਬਾਕੀ ਮਾਸ਼ਾਅੱਲਾ ਇਹ ਥਣਾਂ ਦੀ ਵੈਸੇ ਗਰੰਟੀ ਹੈ, ਥਣਾਂ ਦੀ ਗਰੰਟੀ, ਥਣਾਂ ਚੁਆ ਪਸਮਾ ਵੱਧ ਘੱਟ ਕੋਈ ਛੱਟਾ ਫਾਰਾ ਕੋਈ ਨਾ ਜੀ ਕੋਈ ਨਾ, ਬਿਲਕੁਲ ਹਰ ਸ਼ਹਿਦ ਲੈ ਜਾਓ ਜੀ ਬਾਹਰ ਤੁਰੰਤ। ਆਹ ਕੱਟਾ ਵੀ ਦਿਖਾਓ ਜੀ ਇੱਕ ਵਾਰੀ ਫਿਰ ਦਿਖਾ ਦਿਓ ਅਤੇ ਜੀ ਬੋਲੋ ਇਹਦੀ ਜਨਾਬ ਕੀਮਤ। ਇਹਦੀ ਮਨਜ਼ੂਰ ਭਾਈ ਪੱਕੇ ਪੱਕੇ ਜਿਹੜੇ ਕੀਮਤ ਆ ਜਾਇਜ਼ ਮੁਨਾਫਸੇ 3,70,000 ਰੁਪਈਆ ਜੀ ਜੀ ਇਸ ਦਾ, ਠੀਕ ਆ ਠੀਕ ਹੈ। ਤੇ ਸੋਹਣਾ ਮਾਲ ਜਿਹੜਾ ਹੈ ਨਾ, ਜਿਹੜਾ ਮਾਲ ਆ ਮਕੂਰ ਇਹ ਤਾਂ ਸਮਝੋ ਵੀ ਸੇਲ ਹੀ ਲਾਈ ਆ ਈਦ ਦਾ ਕਰਕੇ ਨਾ। ਅੱਛਾ ਈਦ ਦੀ ਆਫਰ ਹੈ ਜੀ, ਈਦ ਦੀ ਆਫਰ ਹੈ ਤੇ ਅੱਲਾ ਖੈਰ ਕਰੇ ₹3,65,000 ਜੀ 210,000 ਅੱਗੇ ਤੁਸੀਂ ਛੱਡੀ ਸੀ ਜੀ, ਨਹੀਂ ਵਧਾਣਾ ਨਹੀਂ ਇਹਦੇ ਵੀ ਘਟਾਉਣਾ, ਮਤਲਬ 55,000 ਛੱਡ ਕੇ 3,55,000 ਰੁਪਏ 200 ਜੋਟੀ ਦੀ ਕੀਮਤ ਹੈ ਜੀ। ਬਾਕੀ ਖੂਬਸੂਰਤੀ ਵਾਲੀਆਂ ਗੱਲਾਂ ਤੁਸੀਂ ਆਪ ਹੀ ਵੇਖ ਲਵੋ ਤੇ ਦੁੱਧ 15 ਤੋਂ 16 ਕਿਲੋ ਬੋਲਾ ਜੇ ਹੈ ਇਹਦੇ ਕੋਲ ਜੀ, ਔਰ ਇਨਸ਼ਾਅੱਲਾ 20-20 ਕਿਲੋ ਵਾਲੀਆਂ ਮੱਝਾਂ ਹੈ ਅੱਲਾ ਦੇ ਹੁਕਮ ਨਾਲ ਆਰਾਮ ਨਾਲ ਤੇ ਈਜ਼ੀ ਨਾਲ 20 ਕਿਲੋ ਦੇਣ ਵਾਲੀਆਂ। ਬਾਕੀ ਲੈਣਾ ਦੇਣਾ ਨਸੀਬ, ਜਾਨਵਰ ਵੇਖਣਾ ਸ਼ੌਕ ਨਾਲ ਤੇ ਵੀਡੀਓ ਨੂੰ ਜ਼ਰੂਰ ਲਾਈਕ ਵੀ ਕਰਨਾ ਤੇ ਦੋਸਤਾਂ ਨਾਲ ਸ਼ੇਅਰ ਵੀ ਕਰਨਾ ਜੀ। ਦਿਖਾਓ ਅੱਗੇ ਤੀਸਰੇ ਨੰਬਰ ਤੇ ਜਾਨਵਰ ਆ ਕੇ ਜਿਹੜੇ ਝੋਟੀਆਂ ਵੇਖ ਕੇ ਬੰਦੇ ਦਿਲ ਖੁਸ਼ ਹੋਣਗੇ ਜੀ। ਦੋਸਤੋ ਅੱਗੇ ਤੀਸਰੇ ਨੰਬਰ ਤੇ ਝੋਟੀ ਦਿਖਾ ਰਹੇ ਜੀ, ਡਿਟੇਲ ਸੇਮ ਹੀ ਹੈ, ਦੂਸਰਾ ਸੂਆ ਸੂਈ ਹੋਈ ਹੈ, ਉਹਨਾਂ ਦੇ ਥੱਲੇ ਕੱਟਾ, ਇਹਦੇ ਥੱਲੇ ਕੱਟੀ ਹੈ, ਕੱਟੀ ਮਾਸ਼ਾਅੱਲਾ ਖੂਬਸੂਰਤ ਚੰਗੀ ਤਗੜੀ ਦੁੱਧ ਪੀਤਾ ਹੋਇਆ ਕੱਟੀ ਨੇ ਮਾਸ਼ਾਅੱਲਾ, 7 ਦਿਨ ਹਫ਼ਤੇ ਦੇ ਰਾਊਂਡ ਬੋਰਡ ਸੂਈ ਹੋਈ, ਐਵੇਂ ਹੀ ਹੈ ਬੇਗੁਲਾਮ ਦਾ ਸੂਈ ਹਾਂਜੀ ਹਫ਼ਤੇ ਬਿਲਕੁਲ ਇਹ ਬੱਚਾ ਨਜ਼ਰ ਆ ਰਿਹਾ ਜੀ, ਹਫ਼ਤੇ ਦੇ ਰਾਊਂਡ ਬੋਰਡ ਸੂਈ ਹੋਈ ਹੈ ਛੋਟੀ, ਦੂਜਾ ਸੂਆ ਸੂਈ ਹੋਈ ਹੈ, ਥੱਲੇ ਕੱਟੀ ਹੈ ਤੇ ਪੱਕਾ ਜਿਹਾ ਜਿਹੜਾ ਹੈ ਨਾ ਬੇਗੁਲਾਮ ਦਸਤਗੀਰ ਇਹਦਾ ਦੁੱਧ ਉਹ ਦੱਸੋ ਜੀ ਜੀ ਇਹਦਾ ਦੁੱਧ ਭਾਈ ਮਨਜ਼ੂਰ ਦੁੱਧ ਦੇ ਨਾਲ ਪੱਕਾ ਚੁਆਈ ਕਰਵਾ ਕੇ ਠੰਡਾ ਕਰਕੇ 14 ਕਿਲੋ 14 ਕਿਲੋ ਦੋਨਾਂ ਟਾਈਮਾਂ ਦਾ ਦੁੱਧ ਚੁਆਈ ਕਰਵਾ ਕੇ ਬਿਲਕੁਲ ਜੀ, ਥੱਲੇ ਕੱਟੀ, ਦੂਜਾ ਵਾਰਾ ਸੂਈ ਹੋਈ ਹੈ, ਇੱਕ ਹਫ਼ਤੇ ਦੀ ਸੂਈ ਹੋਈ, ਬਸ ਠੀਕ ਹੈ, ਈਜ਼ੀ ਹੋ ਕੇ ਤੰਗ ਨਾ ਹੋ, ਨਾ ਖੁਦ ਹੋ ਨਾ ਜਾਨਵਰ ਨੂੰ ਗਰਮੀ 'ਚ ਕਰੋ ਤੰਗ, ਈਜ਼ੀ ਹੋ ਕੇ ਕੋਈ ਨਹੀਂ, ਕੈਮਰੇ ਵਾਲਾ ਮਗਰ ਹੀ ਹੈ, ਜਿੱਧਰ ਜਿੱਧਰ ਜਾਂਦੀ ਤੁਸੀਂ ਫਿਰਨ ਦਿਓ, ਹਵੇਲੀ ਤੋਂ ਬਾਹਰ ਤਾਂ ਨਹੀਂ ਨਾ ਜਾਂਦੀ, ਇੰਨਾ ਕੁ ਜਾਨਵਰ ਕਰ ਜਾਂਦਾ ਪਰੇਸ਼ਾਨ ਨਾ ਹੋ, ਅਤੇ ਜੇ ਅੰਦਰ ਜਾਂਦੀ ਤਾਂ ਅੰਦਰ ਜਾਣ ਦਿਓ ਕੋਈ ਮਸਲਾ ਨਹੀਂ। ਡਿਟੇਲ ਜੀ ਦੋਸਤੋ ਇੱਕ ਵਾਰੀ ਫਿਰ ਰਿਪੀਟ ਕਰਨੇ ਆ, ਦੂਜਾ ਵਾਰਾ ਸੂਈ ਹੋਈ ਹੈ, ਥੱਲੇ ਕੱਟੀ, ਹਫ਼ਤੇ ਦੀ ਸੂਈ ਹੋਈ ਹੈ, 14 ਕਿਲੋ ਦੱਸਿਆ ਜੀ ਮਨਜ਼ੂਰ ਭਾਈ, ਪਾਣੀ ਪੀਵਣ ਦੇ, ਪਾਣੀ ਪੀਵਣ ਪੱਕਾ ਠੰਡਾ ਗਰੰਟੀ ਨਾਲ 14 ਕਿਲੋ ਜੀ ਇਹਦੇ ਕੋਲ ਪੱਕਾ ਦੁੱਧ ਚੁਆਈ ਕਰਵਾ ਕੇ ਦੋਨਾਂ ਟਾਈਮਾਂ ਦਾ, ਅਤੇ ਜੀ ਬਾਈ ਗੁਲਾਮ ਦਸਗੀਰ ਇਹਦੇ ਜਿਹੜਾ ਨਾ ਕੀਮਤ ਪਿਆਰ ਮੁਹੱਬਤ ਕਰਕੇ ਦੱਸੋ। ਹਾਂ ਇਹਦਾ ਭਾਈ ਮਕੂਲ ਰੇਟ ਤਾਂ ਦੱਸਿਆ, ਅਸੀਂ ਤਾਂ ਲਾਈ ਈਦ ਦੀ ਸੇਲ ਹੈ ਜੀ ਜੀ, ਇਹਦਾ 3,60,000 ਰੁਪਈਆ ਝੋਟੀ, ਵੇਖੋ ਸੋਹਣੀ ਹਰ ਪਾਸਿਓਂ ਥਣਾਂ ਤੋਂ ਚੱਡੇ ਤੋਂ ਬਿਹਤਰੀਨ, ਠੀਕ ਹੈ ਇਹਦਾ ਮੈਨੂੰ ਨਾ ਮਾੜਾ ਜਿਹਾ ਇਹਦੇ 'ਚ ਪਿਆਰ ਮੁਹੱਬਤ ਕਰੋ ਅੱਛੀ ਖਾਸੀ ਕਰਿਆ ਜੀ, ਕਿਉਂਕਿ ਬਾਈ ਗੁਲਾਮ ਦੱਸੀ ਕਿ ਗੱਲਾਂ ਕਰਨੀਆਂ ਸਾਫ਼ ਅਤੇ ਸਿੱਧੀਆਂ, ਜਿਹੜੇ ਜਾਨਵਰਾਂ ਦਾ ਰੇਟ ਸਹੀ ਲੱਗਦਾ ਪਿਆ ਉਹਨਾਂ ਦਾ ਮੈਂ ਸਹੀ ਆਖੀ ਜਾਵਾਂਗਾ, ਇਹਦਾ ਮੈਨੂੰ ਥੋੜ੍ਹਾ ਜਿਹਾ ਜ਼ਿਆਦਾ ਲੱਗਦਾ ਪਿਆ, ਅਤੇ ਇਹਦੇ 'ਚ ਉਹ ਜਿਹੜਾ ਜ਼ਿਆਦਾ ਲੱਗਦਾ ਪਿਆ ਉਹਨੂੰ ਉਤੋਂ ਉਡਾਓ ਜੀ ਜੀ ਜੀ, ਉਹ ਤਾਂ ਅਸੀਂ ਡਾ ਦਾਂਗੇ, ਤੁਸੀਂ ਬਸ ਡੰਗਰ ਤਾਂ ਵੇਖ ਲਓ, ਡੰਗਰ ਮਾਸ਼ਾਅੱਲਾ ਮਾੜਾ ਨਹੀਂ, ਹਰ ਪਾਸੋਂ ਚੰਗਾ, ਸੋਹਣੀ ਜੋਟੀ ਹੈ, ਕੱਦ ਬੁੱਤ ਦੀ, ਥਣ ਚੱਡੇ ਦੀ, ਲਿਬਾਸ ਦੀ, ਹਰ ਪਾਸੋਂ ਸੋਹਣੀ ਹੈ, ਲੇਕਿਨ ਥੋੜ੍ਹਾ ਜਿਹਾ ਬਸ ਮਹਿਸੂਸ ਹੋ ਰਿਹਾ ਕਿ ਕੀਮਤ ਦੇ ਵਿੱਚ ਨਾ ਕੋਈ ਅੱਛੀ ਖਾਸੀ ਪਿਆਰ ਦੀ ਜ਼ਰੂਰਤ ਹੈ। ਜਾਨਵਰ ਥੱਕ ਗਏ ਅਸਲ ਵਿੱਚ ਗਰਮੀ, ਬੋਲੋ ਤੇ ਇੱਕ ਵੀਡੀਓ ਮੁਕਾਈ, ਆਪਣੀ ਵੀਡੀਓ ਮੁਕਾ ਲੈ ਜਿਹੜਾ ਨਾ ਪਿਆਰ ਨੂੰ ਬਦ ਕਰਕੇ ਜੀ 3.5 ਦੀ, 3,50,000 ਰੁਪਈਆ ਚੌਥੇ ਨੰਬਰ ਤੇ ਜਾਨਵਰ ਜੀ, ਦੋਸਤੋ ਅੱਗੇ ਚੌਥੇ ਨੰਬਰ ਤੇ ਹੈ ਨਾ ਜੀ, ਚੌਥੇ ਨੰਬਰ ਤੇ ਦੋਸਤੋ ਦਿਖਾ ਰਹੇ ਜੋਟੀ, ਇਹਦੀ ਵੀ ਡਿਟੇਲ ਜੀ, ਦੂਸਰਾ ਵਾਰਾ ਸੂਈ ਹੋਈ ਹੈ, ਦੂਜੀਆਂ ਜੋਟੀਆਂ ਦੋਸਤੋ ਸਾਰੀਆਂ ਹੈ, ਅੱਗੇ ਵੀ ਬਾਈ ਗੁਲਾਮ ਦਸਗੀਰ ਨੇ ਦੱਸਿਆ ਇਹਦੇ ਥੱਲੇ ਵੀ ਕੱਟੀ ਹੈ, ਕੱਟੀ ਦਿਖਾਇਆ ਜੀ, ਅੰਦਾਜ਼ਾ ਲਾ ਲਓ ਕਿ ਕਿੰਨਿਆਂ ਦਿਨਾਂ ਦੀ ਸੂਈ, ਤਕਰੀਬਨ ਹਫ਼ਤੇ ਦੇ ਲਗਭਗ ਹੀ ਸੂਈ ਹੋਈ ਹੈ, ਤਾਜ਼ੀਆਂ ਦੋਸਤੋ ਸੂਈਆਂ ਹੋਈਆਂ ਸਾਰੀਆਂ ਹੀ ਜੋਟੀਆਂ,
ਤੇ ਬਾਕੀ ਮਾਸ਼ਾਅੱਲਾ ਲਿਬਾਸ ਖਾਨ ਸਣਾ ਦੀ ਵੇਖੋ ਬਿਲਕੁਲ ਸੀਲ ਸਾਊ ਉੱਠਾ ਕੱਦ ਮਾਸ਼ਾਅੱਲਾ ਵੇਲ ਤੁਸੀਂ ਖੁਦ ਵੇਖ ਰਹੇ ਹੋ ਅੱਛਾ ਅੱਛਾ ਤੇ ਇਹਦੇ ਕੋਲ ਜੀ ਆ ਕੱਟੀ ਵੀ ਦਿਖਾਇਆ ਜੇ ਇਹ ਬਿਲਕੁਲ ਦੋਸਤੋ ਹਫ਼ਤੇ ਦੇ ਲਗਭਗ ਸੂਈ ਹੋਈ ਹਫ਼ਤੇ ਦੇ 8 ਦਿਨ ਦੇ 9 ਦਿਨ ਦੇ ਮਤਲਬ ਕਿ ਤਾਜ਼ੀਆਂ ਹੀ ਸੂਈਆਂ ਹੋਈਆਂ ਨੇ ਬਾਕੀ ਮਾਸ਼ਾਅੱਲਾ ਚੰਗੀ ਮੋਟੀ ਮਤਲਬ ਜੁੱਸੇ ਵਜੂਦ ਵਾਲੇ ਜਾਨਵਰ ਹਨ ਸਾਰੇ ਬੇਹਤਰੀਨ ਬਿਰਲਾ ਦੇ ਇਹਦੇ ਕੋਲ ਦੁੱਧ ਕਿੰਨਾ ਹੈ ਜੀ ਬੇਗੁਲਾਮ ਦੱਸੋ ਦੇਖੋ 15 ਕਿਲੋ ਦੁੱਧ ਜੀ ਪੱਕਾ ਠੰਡਾ ਕਰਕੇ ਇਹ ਜਿਹੜਾ ਦੋਸਤਾਂ ਨੂੰ ਦੁੱਧ ਤੁਸੀਂ ਦੱਸ ਰਹੇ ਹੋ ਚੁਆਈ ਕਰਵਾ ਕੇ ਅਸੀਂ ਤਾਂ ਸਾਡੇ ਕੋਲ ਦੋਸਤ ਕੋਈ 2 ਦਿਨ ਆ ਕੇ 3 ਟਾਈਮ ਚੋਵੇ 4 ਦਿਨ ਚੋਵੇ ਲੈਣਾ ਦੇਣਾ ਨਸੀਬ ਮੁਕੱਦਰ ਹੈ ਬੇਗੁਲਾਮ ਦੱਸੋ ਕਿਸੇ ਨੂੰ ਐਵੇਂ ਸਫ਼ਰ ਨਾ ਪਾਇਆ ਜਾਂ ਨਹੀਂ ਨਾ ਹੋਵੇ ਜੀ ਸਾਰੇ ਯਾਰ ਮਜੇ ਝੂਟੀਆਂ ਦੁੱਧ ਵਾਲੀਆਂ ਜੀ ਅੱਜ ਤਾਂ ਤਾਜ਼ੀਆਂ ਸੂਈਆਂ ਨੇ ਤੇ ਇਨਸ਼ਾਅੱਲਾ ਦੁੱਧ 375 ਜਾਂ ਉਹ ਤੁਹਾਨੂੰ ਨਿਕਲ ਜਾਓ ਤੇ ਜਾਂ ਥੱਲੇ ਨੂੰ ਆਓ ਝੂਟੀਆਂ ਵੀ ਮਸਲ ਸੇਮ ਸੇਮ ਨੇ ਬਹੁਤ ਕੋਈ ਫਰਕ ਹੋ ਨਹੀਂ ਉਸ ਰੇਟ ਹਿਸਾਬ ਨਾਲ ਰੇਟ ਦੱਸਣ ਦੇ ਉਹਨਾਂ ਦੇ ਚਲੋ ਜੀ ਇਹਦੇ ਵਿੱਚੋਂ ਪਿਆਰ ਮੁਹੱਬਤ ਕਰੋ ਜਿਹੜੀ ਵੀ ਕਰਨੀ ਜੀ ਤੇ ਗੱਲਾਂ ਮੁਕਾਈਏ ਗੱਲਾਂ ਕਰਨ ਨੂੰ ਬੜੀਆਂ ਨੇ ਲੇਕਿਨ ਟਾਈਮ ਕੋਈ ਨਹੀਂ ਜੀ ਤੇ ਗਰਮੀ ਵੀ ਆਇਆ ਜਾਨਵਰ ਵੀ ਤੰਗ ਤੇ ਆਪ ਵੀ 360,000 ਰੁਪਇਆ ਮਨਜ਼ੂਰ ਭਾਈ ਉਤਲਾ 15,000 ਡਾ ਛੱਡਿਆ ਜੀ ਛੱਡਿਆ ਜੀ ਪੱਕਾ ਪੱਕਾ ਗੁੱਸੇ ਆ ਗਏ ਕੋਈ ਹੋਰ ਵੀ ਵਿੱਚੋਂ ਛੱਡ ਛੁੱਟ ਦੇਵੋ ਯਾਰ ਸਾਡੇ ਆਣ ਦਾ ਵੀ ਕੋ ਵੇਖ ਲਵੋ 5,000 ਰੁਪਇਆ ਭਾਈ ਹੋਰ ਰਮਜ਼ਾਨ ਦਾ ਮਹੀਨਾ ਕਰਕੇ ਤੇ ਪਿਓ ਬੜਾ ਸਫ਼ਰ ਕਰਕੇ ਆਇਆ ਜੀ 5,000 ਰੁਪਇਆ ਹੋਰ ਭਾਅ ਵਾਸਤੇ ਚਲੋ ਜੀ 3,55,000 ਰੁਪਇਆ ਜੀ ਜੀ ਇਹਦੀ ਜੀ ਕੀਮਤ ਹੈ ਤੇ ਇਨਸ਼ਾਅੱਲਾ ਇਹਦੇ ਵਿੱਚੋਂ ਵੀ ਪਿਆਰ ਮੁਹੱਬਤ ਬਾਈ ਗੁਲਾਮ ਦੱਸਗੇ ਜ਼ਰੂਰ ਹੀ ਕਰਨਗੇ ਇਨਸ਼ਾਅੱਲਾ ਜੀ ਤੇ ਬਾਕੀ ਮਾਲ ਵੇਖੋ ਸ਼ੌਕ ਨਾਲ ਤੇ ਦੋਸਤਾਂ ਨੂੰ ਵੀ ਵਿਖਾਓ ਲੈਣਾ ਦੇਣਾ ਨਸੀਬ ਤੇ ਮੁਕੱਦਰ ਦੀਆਂ ਗੱਲਾਂ ਹਨ ਜੀ ਦਿਖਾਓ ਜੀ ਅੱਗੇ 5ਵੇਂ ਨੰਬਰ ਤੇ ਜੀ ਅੱਗੋਂ 5ਵੇਂ ਨੰਬਰ ਤੇ ਦੋਸਤੋ ਝੋਟੀ ਦਿਖਾ ਰਹੇ ਨੇ ਡਿਟੇਲ ਹੈ ਤੇ ਜੀ ਸੇਮ ਹੀ ਹੈ ਦੂਜਾ ਵਾਰਾ ਹੀ ਸੂਈ ਹੋਈ ਹੈ ਜੀ ਥੱਲੇ ਕੱਟਾ ਹਾਂ ਥੱਲੇ ਦੇ ਕੱਟਾ ਜੀ ਮਨਜ਼ੂਰ ਕੱਟਾ ਜੀ ਅੱਗੇ ਲੈ ਆਵੋ ਕੱਟਾ ਦਿਖਾਓ ਜੀ ਇਹ ਜੀ ਕੱਟਾ ਮਾਸ਼ਾਅੱਲਾ ਅੱਲਾ ਪਾਕ ਹਯਾਤੀ ਕਰੇ ਚੰਗਾ ਤਗੜਾ ਤੇ ਕਾਲਾ ਬਿਲਕੁਲ ਕਾਲਾ ਸਿਆਹ ਮਾਸ਼ਾਅੱਲਾ ਕੱਟਾ ਵੀ ਚੰਗਾ ਤਗੜਾ ਤੇ ਬਿਲਕੁਲ ਇਹ ਵੀ ਹਫ਼ਤੇ ਦੇ ਲਗਭਗ ਹੀ ਸੂਈ ਹਾਂਜੀ ਮਨਜ਼ੂਰ ਭਾਈ ਝੋਟੀਆਂ ਦੇ ਕੱਦ ਵੇਖੋ ਨਾ ਜਾ ਵੀ ਤਾਂ ਹੀ ਹੁੰਦੇ ਨੇ ਝੋਟੀਆਂ ਦੇ ਕੱਦ ਹੋਣ ਮਾਝਾ ਤਗੜੀ ਹੋਣ ਫਿਰ ਫਲ ਤਗੜੇ ਹੁੰਦੇ ਨੇ ਜੀ ਬਿਲਕੁਲ ਦੁੱਧ ਵਾਲਾ ਜਾਨਵਰ ਹੋਵੇ ਤੇ ਬੱਚੇ ਨੂੰ ਵੀ ਦੁੱਧ ਪਿਵਾਉਂਦਾ ਹੈ ਜੇ ਦੁੱਧ ਨਾ ਹੋਵੇ ਤੇ ਬੱਚੇ ਨੂੰ ਕੀ ਪਿਵਾਉਣਾ ਮਾਸ਼ਾਅੱਲਾ ਬੱਚਿਆਂ ਨੇ ਦੁੱਧ ਪੀਤਾ ਹੋਇਆ ਮਾਲਕਾਂ ਕੀ ਪੀਣਾ ਤੇ ਬੱਚਿਆਂ ਕੀ ਪੀਣਾ ਖੂਬਸੂਰਤੀ ਵਾਲੀ ਦੋਸਤੋ ਹੱਦ ਮੁੱਕੀ ਹੋਈ ਹੈ ਝੋਟੀਆਂ ਦੀ ਅੱਲਾ ਪਾਕ ਨਸੀਬ ਦੇ ਵਿੱਚ ਕਰੇ ਜਿਨ੍ਹਾਂ ਦੇ ਕੋਲ ਜਾਣੀਆਂ ਜਾਂ ਜਿਨ੍ਹਾਂ ਦੀਆਂ ਹੈਣ ਇਹਦਾ ਨਸੀਬ ਮੁਕੱਦਰ ਦੀਆਂ ਖੇਡਣ ਲੈਣੀਆਂ ਨਸੀਬ ਵਾਲਿਆਂ ਨੇ ਤੇ ਵੇਖਣਾ ਸ਼ੌਕ ਵਾਲਿਆਂ ਨੇ ਜੀ ਸ਼ੌਕ ਵਾਲੇ ਜ਼ਰੂਰ ਵੇਖਣ ਤੇ ਦੋਸਤਾਂ ਨੂੰ ਵੀ ਵਿਖਾਉਣ ਸਾਡੀ ਵਾਰ ਵਾਰ ਇਹੀ ਰਿਕੁਐਸਟ ਹੈ ਕਿ ਤੁਸੀਂ ਜਿੰਨਾ ਵੀਡੀਓ ਨੂੰ ਸ਼ੇਅਰ ਕਰੋਗੇ ਸਾਡੇ ਆਉਣ ਦਾ ਮਕਸਦ ਪੂਰਾ ਹੋਏਗਾ ਦੂਜਾ ਵਾਰਾ ਝੋਟੀ ਸੂਈ ਹੋਈ ਹੈ ਥੱਲੇ ਜੀ ਕੱਟਾ ਹੈ ਹਫ਼ਤੇ ਦੇ ਲਗਭਗ ਸੂਈ ਹੋਈ ਹੈ ਤੇ ਇਹਦੇ ਕੋਲ ਦੁੱਧ ਕਿੰਨਾ ਜੀ ਪੱਕਾ ਜਿਹਾ ਹਰ ਤਰ੍ਹਾਂ ਜਿਵੇਂ ਅਸੀਂ ਹਰ ਸ਼ਾਇਦ ਗਰੰਟੀ ਦਿੰਦੇ ਸਾਡੇ ਜਿਹੜੇ ਆ ਕੇ ਕੋਈ 2-3 ਦਿਨ ਚੋ ਕੇ ਫਿਰ ਲੈ ਕੇ ਜਾਵਾਂ ਜਨਾਬ ਇਹਦੀ ਵੀ ਬੋਲੋ ਕੀਮਤ ਗੱਲੋ ਜਿਹੜਾ ਨਾ ਪਿਆਰ ਮੁਹੱਬਤ ਨਾਲ ਉਹ ਵੀ ਬਾਟਾ ਰੇਟ ਨਹੀਂ ਰੱਖਣਾ ਨਹੀਂ ਬਾਟਾ ਨਹੀਂ ਦਾ ਤੇ ਬਹੁਤ ਇਸ ਮਕੂਰ ਰੇਟ ਦੱਸਣਾ ਤੁਹਾਨੂੰ ਹਾਂਜੀ ਦੱਸੋ ਹਾਂ ਭਲਾ ਪਤਾ ਲੱਗੇ ਕਿੰਨਾ ਕੁ ਮਕੂਰ ਸਾਡਾ ਤਾਂ ਸਿਰਫ 3,35,000 ਰੁਪਇਆ ਜੇ ਮਾਸ਼ਾਅੱਲਾ ਆ ਨਾ ਗੱਲ ਹੋਈ ਨਾ ਹੁਣ ਆਏ ਜੇ ਸਰਵਿਸ ਤੇ ਤੇ 3,35,000 ਚ ਜਿਹੜੇ ਛੱਡਨੇ ਜੇ ਛੱਡੋ ਹਾਂ ਹੁਣ ਇਹਦੇ ਤੇ ਸਿਰਫ ਅਸੀਂ ਛੱਡਣਾ ਜੇ ਰੁਪਇਆ 5,000 ਠੀਕ ਹੈ ਪੱਕਾ ਜੀ ਰੇਟ ਮੰਗਿਆ ਤੇ 5,000 ਰੁਪਏ ਛੱਡਣਾ 3,30,000 ਰੁਪਇਆ ਭਰਾਵਾਂ ਵਾਸਤੇ ਝੋਟੀ ਤੁਹਾਡੇ ਸਾਹਮਣੇ ਮੈਂ ਜੀ ਆਪਣਾ ਜੋ ਵੀ ਇਹਨਾਂ ਨਾਲ ਲੜਾਈ ਝਗੜਾ ਕਰਕੇ ਛਡਵਾ ਰਿਹਾ ਜੇ ਤੇ ਬਾਕੀ ਤੁਸੀਂ ਆਪ ਹੀ ਕਰਨਾ ਇਹਨਾਂ ਨਾਲ ਫੋਨ ਤੇ ਕਰੋ ਆ ਕੇ ਕਰੋ ਇੱਕ ਹੱਥੋਂ ਬਾਕੀ ਤੋਂ ਬਚਣਾ ਤੇ ਬਾਕੀ ਜ਼ਰੂਰ ਛਡਾ ਜਿਹੜਾ ਨਾ ਛੁੱਟ ਛਡਾ ਕਰਨਾ ਹੈ ਛੱਡ ਸਨ ਇਨਸ਼ਾਅੱਲਾ ਹਾਂਜੀ ਤੇ ਉਮੀਦ ਹੈ ਕਿ ਜਿੰਨਾ ਕੁ ਸਫ਼ਰ ਕਰਕੇ ਆਓਗੇ ਅੱਲਾ ਦੇ ਹੁਕਮ ਨਾਲ ਇਹਨਾਂ ਦਾ ਆਪਣੇ ਆਪ ਹੀ ਦਿਲ ਕਰੇਗਾ ਕਿ ਚਲੋ ਛੱਡ ਦਈਏ ਤੇ 3,30,000 ਰੁਪਇਆ 15-16 ਕਿਲੋ ਬੋਲਾ ਤੇ ਦੂਜਾ ਸੁਬਾਹ ਸੂਈ ਹੋਈ ਤੇ ਥੱਲੇ ਕੱਟਾ ਕਾਠ ਵੇਖੋ ਝੋਟੀ ਦਾ ਕੱਦ ਵੇਖੋ ਕੱਦ ਬਹੁਤ ਤੁਹਾਡੇ ਸਾਹਮਣੇ ਹੈ ਅੱਲਾ ਦੇ ਹੁਕਮ ਨਾਲ ਬਿਲਕੁਲ ਜਿਹੜਾ ਨਾ ਖੂਬਸੂਰਤੀ ਵਾਲੀ ਹੱਦ ਮੁੱਕੀ ਹੋਈ ਹੈ ਤੇ ਦਿਖਾਈਏ ਜੀ ਅੱਗੇ 6ਵੇਂ ਨੰਬਰ ਤੇ ਝੋਟੀ ਜੀ ਇਹ ਅੱਗੋ 6ਵੇਂ ਨੰਬਰ ਤੇ ਹੈ ਨਾ ਹਾਂਜੀ ਮਨਜ਼ੂਰ ਭਾਈ 6ਵੇਂ ਨੰਬਰ ਤੇ ਜੀ ਦੋਸਤੋ ਦਿਖਾ ਰਹੇ ਹਾਂ ਤੁਹਾਨੂੰ ਮਾਸ਼ਾਅੱਲਾ ਮੱਝ ਮੱਝ ਨੂੰ ਵੇਖੋ ਤਸੱਲੀ ਨਾਲ
ਦੱਸੋ ਕਮੈਂਟ ਦੇ ਵਿੱਚ ਤੇ ਮੱਝ ਦੇ ਵਿੱਚ ਜਿਹੜੀ ਕੋਈ ਕਮੀ ਉਹ ਵੀ ਸਾਨੂੰ ਵਾਜ਼ਿਆ ਕਰੋ ਤਾਂ ਕਿ ਅੱਗੇ ਤੋਂ ਲੈਣ ਵਾਲੇ ਜਾਨਵਰ ਦੇ ਵਿੱਚ ਅਸੀਂ ਉਹ ਕਮੀਆਂ ਜ਼ਰੂਰ ਵੇਖੀਏ। ਮਾਸ਼ਾਅੱਲਾ ਬਾਈ ਗੁਲਾਮ ਦਸਤਗੀਰ ਦੋਸਤਾਂ ਦੇ ਵਾਸਤੇ ਈਦ ਦੇ ਤੋਹਫੇ ਲੈ ਕੇ ਆਏ, ਦੇਣੇ ਤੇ ਪੈਸੇ ਨਾ ਲੈਣ ਲੇਕਿਨ ਈਦ ਦੇ ਤੋਹਫੇ, ਈਦ ਦੇ ਤੋਹਫੇ ਜੀ ਨਾਲ ਲਾਈਵ। ਮਾਸ਼ਾਅੱਲਾ ਜਾਨਵਰ ਵਿੱਚ ਕਿਸੇ ਕਿਸਮ ਦੀ ਕਮੀ ਕੋਈ ਨਹੀਂ, ਥਣ ਮਾਸ਼ਾਅੱਲਾ ਬਿਲਕੁਲ ਲਾਟੂ ਵਰਗਾ ਥਣ, ਮੁੱਠੀ ਭਰ ਤੇ ਲਿਬਾਸ ਤੇ ਦੁੰਨੀ ਤੋਂ ਸੂ ਤੱਕ ਜਿਹਨੂੰ ਇਹ ਸੂ ਦਾ ਡੋਡਾ ਪੱਟਿਆ ਹੋਇਆ, ਇਹ ਜੀ ਬਿਲਕੁਲ ਇਹ ਤੁਹਾਨੂੰ ਵਿਖਾ ਰਿਹਾ ਕਿ ਇਹਨੂੰ ਕਹਿੰਦੇ ਸੂ ਦਾ ਡੋਡਾ ਪੱਟਿਆ ਹੋਇਆ। ਕੱਦ ਬੁੱਤ ਵੀ ਤੁਹਾਡੇ ਸਾਹਮਣੇ ਅਤੇ ਜਿਹੜਾ ਹੈ ਇਹਦਾ ਪੁੱਠਾ, ਇਹਦੀ ਵੇਲ, ਖੂਬਸੂਰਤੀਆਂ ਜੀ ਅੱਲਾਹ ਪਾਕ ਨੇ ਬਣਾਏ ਹੋਏ ਜਾਨਵਰ ਅਤੇ ਤੁਸੀਂ ਦੋਸਤੋ ਸ਼ੌਕ ਨਾਲ ਇਹਨਾਂ ਨੂੰ ਵੇਖੋ। ਬਾਕੀ ਨਸੀਬ ਦੀਆਂ ਗੱਲਾਂ, ਜਿਹੜੇ ਦੋਸਤ ਦੇ ਨਸੀਬ ਵਿੱਚ ਹੋਏਗੀ ਖਰੀਦੇਗਾ ਉਹ। ਇਹ ਜੀ ਕਿੰਨਵਾਂ ਵਾਰਾ ਸੂਣ ਵਾਲੀ ਹੈ ਖੈਰ ਨਾਲ? ਇਹ ਮਨਜ਼ੂਰ ਬਾਈ ਤੀਸਰਾ ਸੁਬਾ ਸੂਣਾ ਇਹਨੇ। ਠੀਕ ਹੈ, ਮਾਸ਼ਾਅੱਲਾ ਥਣ ਪਹਿਲ ਨਾਲ ਹੈ, ਥਣ ਪਹਿਲ ਨਾਲ ਹੈ, ਮਾਸ਼ਾਅੱਲਾ ਪਹਿਲ ਨਾਲ ਹੈ, ਤੀਸਰਾ ਵਾਰਾ ਸੁਣਿਆ ਤੇ ਦੂਸਰੇ ਵਾਰੇ ਦਾ ਦੁੱਧ ਤੇ ਕੀ ਇਹਦਾ ਰਿਕਾਰਡ ਹੈ ਜੀ? ਇਹਦੇ ਦੂਜੇ ਵਾਰੇ ਦਾ ਰਿਕਾਰਡ 20 ਤੋਂ 22 ਕਿਲੋ ਭਾਈ ਮਨਜ਼ੂਰ ਇਹਦਾ ਰਿਕਾਰਡ ਜੀ, ਦੂਜੇ ਵਾਰੇ ਦਾ ਦੁੱਧ ਕਰਦੀ ਰਹੀ ਹੈ ਜੀ, ਕਰਦੀ ਰਹੀ ਤੇ ਹੁਣ ਵੀ ਤੁਹਾਡੇ ਸਾਹਮਣੇ ਇਹਦਾ ਲੇਵਾ ਤਾਂ ਨਜ਼ਰ ਆਉਣ ਡਿਆ। ਜਾਨਵਰ ਦੋਸਤਾਂ ਨੂੰ ਦਿਖਾ ਰਿਹਾ ਕਿ ਭਾਈ ਦੋਸਤ ਇਹ ਨਾ ਵੇਖਣ ਵਾਲੇ ਕਹਿਣ ਕਿ ਯਾਰ ਕਿੱਥੋਂ ਫੈਸਲਾਬਾਦ ਤੋਂ ਬਹਾਵਲਪੁਰ ਬਹਾਵਲ ਨਗਰ ਚਿਸ਼ਤੀਆਂ ਸਾਰਾ ਕੁਛ ਕ੍ਰਾਸ ਕਰਕੇ ਗਏਣ ਤੇ ਜਾਨਵਰ ਨਹੀਂ ਸਾਨੂੰ ਵਿਖਾਇਆ। ਜਾਨਵਰ ਮਾਸ਼ਾਅੱਲਾ ਖੂਬਸੂਰਤ ਹਨ, ਨਸਲਦਾਰ ਹਨ, ਦੁੱਧ ਵਾਲੇ ਹਨ ਤੇ ਕੀਮਤਾਂ ਬਾਕੀ ਤੁਸੀਂ ਸੁਣ ਰਹੇ ਹੋ ਔਰ ਇਨਸ਼ਾਅੱਲਾ ਇਹਦੇ ਵਿੱਚ ਵੀ ਪਿਆਰ ਮੁਹੱਬਤ ਜ਼ਰੂਰ ਹੀ ਕਰਨਗੇ। ਤੀਸਰਾ ਵਾਰਾ ਸੁਣਾ ਤਿਆਰ ਹੈ, ਅੱਜ ਸੂਪ ਹੈ, ਕੱਲ੍ਹ ਸੂਪ ਹੈ, ਦੋ ਦਿਨ ਲੈ ਜਾਏ, ਬਿਲਕੁਲ ਚਾਰ ਦਿਨ ਲੈ ਜਾਏ, ਮਤਲਬ ਬਿਲਕੁਲ ਤਿਆਰ ਹੈ ਸਾਡੇ ਵੱਲੋਂ, ਸ਼ਾਇਦ ਕਿ ਹੋਣੀ ਸੂਪ ਹੋਵੇ, ਬਾਕੀ ਅੱਲਾਹ ਪਾਕ ਬਿਹਤਰ ਜਾਣਦਾ ਕਿ ਕਿੰਨੇ ਕੁ ਦਿਨ ਲੈਂਦੀ ਹੈ ਜੀ। ਇਹਦੀਆਂ ਪਿਆਰ ਮੁਹੱਬਤ ਕਰਕੇ ਜਿਹੜਾ ਨਾ ਕੀਮਤ ਇਹਦੀ ਦੱਸੋ ਜੀ। ਬਿਲਕੁਲ ਮਨਜ਼ੂਰ ਭਾਈ ਇਹਦਾ ਜਿਹੜਾ 3,85,000 ਰੁਪਈਆ ਜੀ। ਅੱਛਾ, ਹਰ ਪਾਸੇ ਪੂਰੀ ਦੁੱਧ ਦਾ ਮਸਲਨ ਪਿਛਲੇ ਸੂਬੇ ਦਾ 20-22 ਕਿਲੋ ਦਾ ਐਰਕੀ 20-22 ਕਿਲੋ ਤੇ ਪਹੁੰਚਣਾ ਜੀ। ਕੋਈ ਇੱਕ ਅੱਧ ਸਾਨੂੰ 3 ਤੋਂ ਥੱਲੇ ਵੀ ਦੇ ਛੱਡੋ ਜੀ। ਇਹ ਐਰਕੀ ਝੂਟੀਆਂ ਹੀ ਉਹ ਨੇ ਤੇ ਜਿਹੜੀਆਂ ਬੰਦੇ ਨੇ ਸ਼ੌਕੀ, ਔਰ ਇਸ ਤੋਂ ਚੰਗੀ ਚੰਗੀ ਪਿਛਲੇ ਸੂਬੇ ਆਪ ਪਿਛਲੇ ਵੀਡੀਓ ਜਦੋਂ 5-5 ਲੱਖ ਦੀ ਭਾਈ ਹੈ ਨਾ। ਹਾਂ ਬਿਲਕੁਲ, ਤੇ ਬੰਦੇ ਜਿਹੜੇ ਸ਼ੌਕ ਵਾਲੇ ਲੈ ਕੇ ਗਏ ਨੇ, ਕੋਈ ਤੁਹਾਨੂੰ ਇੱਥੇ ਦਿਸੀ ਉਸ ਉਹਨਾਂ ਵੀਡੀਓ 'ਚ ਕੋਈ ਸਾਰੇ ਲੈ ਗਏ ਨੇ। ਪਿਛਲੀ ਵੀਡੀਓ ਦੇ ਵਿੱਚ ਕਿੰਨੇ ਜਾਨਵਰ ਦਿਖਾਇਆ ਸਾਂ ਜੀ? 6 ਮੱਝਾਂ ਵਿਖਾਈਆਂ ਤੇ ਮਾਸ਼ਾਅੱਲਾ 5-5.5 ਲੱਖ, 4 ਲੱਖ, 4.5 ਲੱਖ, 7 ਲੱਖ, ਇਹ ਸਿੱਧੇ ਰਾਊਂਡ ਬੋਟ ਮਾਸ਼ਾਅੱਲਾ ਜਾਨਵਰ ਸੀ, ਦੋਸਤਾਂ ਨੇ ਬੜੇ ਸ਼ੌਕ ਨਾਲ ਖਰੀਦੇ ਨੇ। ਉਹ ਵੀ ਹੈ ਜੀ, ਇਵੇਂ ਕੁਝ ਝੂਟੀਆਂ ਲੈਣਾ ਅਕਸਰ ਚਾਹਵੇ ਨਾ, ਉਹ ਵੀ ਆਪਣੇ ਹੈ ਨੇ ਪਸੰਦ ਕਰੇ ਨਾ ਕੁਝ। ਠੀਕ ਹੋ ਗਿਆ, ਜਿਵੇਂ ਦਾ ਜੀ ਅੱਗੇ ਦਿਖਾਈਏ ਜੀ 7ਵੇਂ ਨੰਬਰ ਤੇ। ਹਾਂਜੀ, ਕੀਮਤ ਬੋਲ। ਕੀਮਤ ਇਹਦੀ 10 ਛੱਡੀ 3,85,000 ਰੁਪਏ ਤੇ ਇਹਦੇ ਵਿੱਚ ਪਿਆਰ ਮੁਹੱਬਤ ਕਰਨੀ ਹੁਣ ਬਾਈ ਗੁਲਾਮ ਦਸਤਗੀਰ ਨੇ ਕਿੰਨੀ ਕਰਦੇ ਨੇ ਇਹਦੇ 'ਚ 10,000 ਰੁਪਈਆ ਜਿਹੜਾ ਨਾ ਜੀ ਪਿਆਰ ਮੁਹੱਬਤ ਖੁਸ਼ੀ ਕਰਕੇ ਤੇ 4.25 ਲੱਖ ਰੁਪਈਆ, 3,75,000 ਰੁਪਈਆ ਜੀ ਭਰਾਵਾਂ ਵਾਸਤੇ ਜੀ। ਬਾਕੀ ਦੋਸਤ ਆਪੇ ਤੁਹਾਡੇ ਨਾਲ ਝਗੜਾ ਝੁਗੜਾ ਕਰ ਲੈਣਗੇ, ਕੋਈ ਮੈਨੂੰ ਵੀ ਵਿੱਚ ਪਾਉਣਾ ਹੋਇਆ ਤੇ ਮੈਂ ਵੀ ਇਨਸ਼ਾਅੱਲਾ ਕਰ ਲਿਸਾਂਗਾ। ਠੀਕ ਹੈ, 3,75,000 ਵਿੱਚੋਂ ਇਨਸ਼ਾਅੱਲਾ ਮਜ਼ੀਦ ਪਿਆਰ ਮੁਹੱਬਤ ਹੋਏਗੀ। ਦਿਖਾਓ ਜੀ ਅੱਗੇ 7ਵੇਂ ਨੰਬਰ ਤੇ ਇਹਦੇ ਤੇ ਜੀ ਦੋਸਤੋ। ਉਸ ਤੋਂ ਬਾਅਦ ਆਖਰੀ ਮੱਝ ਤੇ 7ਵੇਂ ਨੰਬਰ ਤੇ ਦਿਖਾ ਰਹੇ ਹਾਂ, ਇਸ ਤੋਂ ਬਾਅਦ ਇਨਸ਼ਾਅੱਲਾ ਗਾਂ ਦਿਖਾਵਾਂਗੇ। ਮੱਝ ਨੂੰ ਮਾਸ਼ਾਅੱਲਾ ਥਣ ਬੜਾ ਹੀ ਬੇਕੀਮਤਾ ਤੇ ਸੋਹਣਾ ਥਣ ਤੇ ਬਟਨ ਜੀ ਹੈ ਦੋ ਤੁਹਾਡੇ ਸਾਹਮਣੇ, 7 ਮੱਝਾਂ ਵਿੱਚੋਂ ਮਾਸ਼ਾਅੱਲਾ ਇੱਕ ਮੱਝ ਨੂੰ ਜੀ 2 ਬਟਨ ਲੱਗੇ ਹੋਣ, ਤੁਸੀਂ ਨਹੀਂ ਕੀਤਾ ਲੇਕਿਨ ਹੈ। ਚਲੋ ਜੀ ਉਹ ਦੋਸਤ ਵੇਖ ਲੈਣਗੇ। ਬਾਕੀ ਮਾਸ਼ਾਅੱਲਾ ਮੱਝ ਕੱਦ ਬੋਤਾਂ ਲਈ ਸੋਹਣੀ, ਦੂਜਾ ਵਾਰਾ ਸੂਈ ਹੋਈ ਜੀ 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 ਦੂਸਰਾ ਸੂਆ ਸੂਈ ਜੇ। ਠੀਕ ਹੋ ਗਿਆ, ਸਿੰਘ ਥੋੜੇ ਜੇ ਖੁੱਲਣ ਜੀ, ਬਾਕੀ ਕਮੀ ਕੋਈ ਨਹੀਂ ਮੱਝ ਨੂੰ ਕਿਸੇ ਪਾਸੋਂ ਵੀ ਥੱਲੇ ਕੱਟੀ ਜੋਟੀ ਹੈ ਮਾਸ਼ਾਅੱਲਾ, ਕੱਟੀ ਹੈ ਜੀ ਥੱਲੇ ਥੱਲੇ ਕੱਟੀ ਦਿਖਾਓ ਜੀ ਖੈਰ ਨਾਲ ਕੱਟੀ ਵੀ ਤੇ ਮਹੀਨੇ ਦੇ ਲਗਭਗ ਸੂਈ ਹੋਈ ਹੈ ਨਹੀਂ ਜੀ 20 ਦਿਨਾਂ ਦੀ ਸੂਈ ਜੇ। ਅੱਛਾ, ਅਸੀਂ ਲੈ ਕੇ ਪਿੱਛੋਂ ਸਾਨੂੰ ਹੋ ਗਏ, ਤੁਸੀਂ 20-22 ਦਿਨਾਂ ਦੀ ਕਰੋ ਇਹਨੂੰ। ਠੀਕ ਹੈ, ਅੱਛਾ ਚਲੋ ਤੁਸੀਂ ਇਹ ਹੀ ਕਰ ਲਓ 20 ਮਹੀਨੇ ਦੇ ਵਿੱਚ ਹੀ ਕਰ ਲਓ, ਭਾਵੇਂ 22 ਦਿਨਾਂ ਦੀ ਤੇ ਭਾਵੇਂ 28 ਦਿਨਾਂ ਦੀ। ਤੇ ਥੱਲੇ ਕੱਟੀ ਹੈ ਜੀ ਦੂਜਾ ਵਾਰਾ 200 ਸੂਈ ਹੋਈ ਹੈ ਮਾਸ਼ਾਅੱਲਾ, ਲਿਬਾਸ ਸੋਹਣਾ, ਥਣ ਸੋਹਣਾ, ਬਰੀਕ ਚਮੜੀ ਦੀ ਹੈ, ਕੱਦ ਬਹੁਤ ਚੰਗਾ ਮਾਸ਼ਾਅੱਲਾ ਤਗੜਾ, ਸੋ ਸਿਰਫ ਔਰ ਸਿਰਫ ਸਿੰਘ ਖੁੱਲਣ, ਹੋਰ ਕਿਸੇ ਪਾਸੋਂ ਕਮੀ ਕੋਈ ਨਹੀਂ ਹੈ। ਬਿਲਕੁਲ, ਤੇ ਇਹਦੇ ਕੋਲ ਦੁੱਧ ਕਿੰਨਾ ਜੀ ਪੱਕਾ? ਇਹਦਾ ਪੱਕਾ ਦੁੱਧ ਜਿਹੜਾ ਨਾ ਮਨਜ਼ੂਰ ਭਾਈ 20-22 11-12 ਕਿਲੋ ਦੁੱਧ ਕਰਨ ਡਈ ਜੀ। ਅੱਛਾ ਜੀ, 20-22 ਦਿਨ ਦੀ ਸੂਈ ਹੈ, 11-12 ਕਿਲੋ ਇਹਦੇ ਕੋਲ ਜੀ ਦੋਨਾਂ ਟਾਈਮਾਂ ਦਾ ਦੁੱਧ ਹੈ। ਦੁੱਧ ਠੀਕ ਹੋ ਗਿਆ, ਮਤਲਬ ਕਿ ਹੁਣ ਬੋਲੇ ਤੂੰ ਤਾਂ ਨਿਕਲ ਗਈ ਤੇ ਇਸ ਤੋਂ ਬਾਅਦ ਹੁਣ ਆਪਣੀ ਖੁਰਾਕ ਨਾਲ ਜੀ ਆਪਣੀ ਖਾਣਾ ਨਾਲ ਮਨ ਸੁਟਣਾ ਤੇ ਖੁਰਾਕ ਨਾਲ ਆਪਣੇ ਆਪ ਇਹਨੇ ਵੱਜ ਜਾਣਾ। ਦੂਜਾ ਵਾਰਾ ਸੂਈ ਹੋਈ 20-22 ਦਿਨ ਤੋਂ ਮਹੀਨੇ ਦੇ ਰਾਊਂਡ ਬੋਰਡ ਸੂਈ ਹੋਈ ਹੈ ਤੇ 11-12 ਕਿਲੋ ਪੱਕਾ ਦੁੱਧ ਹੈ, ਥੱਲੇ ਕੱਟੀ ਹੈ ਤੇ ਇਹਦੀ ਬੋਲੋ ਜੀ ਕੀਮਤ? ਇਹ ਜੀ ਬਹੁਤ ਹੀ ਸਸਤੀ ਹੈ ਨਾ, 6 ਤੋਂ ਥੱਲੇ ਲੈ ਆਇਆ ਜੀ ਇਹਨੂੰ, 2 ਤੇ 3 ਤੋਂ ਬਿਲਕੁਲ ਥੱਲੇ ਆ ਜੀ, ਇਹ ਤਾਂ ਸਿਰਫ 2,30,000 ਰੁਪਏ। ਮਾਸ਼ਾਅੱਲਾ ਜੀ, ਰਿਕਾਰਡ ਤੋੜ ਗਏ, ਰਮਜ਼ਾਨ ਦੀ ਆਫਰ ਜੀ ਜਾਂਦਾ ਜਾਂਦਾ, ਇਹ ਚਾਂਦ ਰਾਤ ਹੈ ਨਾ ਮੱਝ ਜਲੂ ਵੈਸ ਵਿੱਚ ਆਖਰੀ ਜਿਵੇਂ ਅਸ਼ਰਾ ਨਾ ਆਖਰੀ ਮੱਝ ਹੈ ਤੇ 2,30,000 ਦੇ ਵਿੱਚ ਹੋਰ ਹੀ ਛੱਡ ਦਿਓ ਜਾਓ ਜੀ।
ਬਹਿਰਹਾਲ ਜੀ ਜਾਨਵਰ ਦੇਖ ਰਹੇ ਹੋ, ਜਿਹੜੇ ਵੀ ਦੋਸਤ ਬਾਈ ਨੂੰ ਪਸੰਦ ਆਉਂਦੇ ਨੇ ਬਾਈ ਗੁਲਾਮ ਦਸਤਗੀਰ ਨਾਲ ਰਾਬਤਾ ਕਰੋ ਜਾਂ ਮੇਰੇ ਨਾਲ ਰਾਬਤਾ ਕਰੋ, ਇਨਸ਼ਾਅੱਲਾ ਪਿਆਰ ਮੁਹੱਬਤ ਨਾਲ ਤੁਹਾਨੂੰ ਜ਼ਰੂਰ ਜਿਹੜਾ ਨਾ ਜਾਨਵਰ ਦਿੱਤੇ ਜਾਣਗੇ। ਦਿਖਾਓ ਜੀ ਐਂਡ ਤੇ ਗਾਂ ਦਿਖਾਈਏ ਤੇ ਵੀਡੀਓ ਨੂੰ ਕਰੀਏ ਮੁਕੰਮਲ। ਜੀ ਦੋਸਤੋ ਐਂਡ ਤੇ ਜਾਨਵਰ ਜੀ ਚੋਲਿਸਤਾਨੀ ਗਾਂ ਦਿਖਾ ਰਿਹਾ। ਇਹ ਜੀ ਚੋਲਿਸਤਾਨੀ, ਉਹ ਚੋਲਿਸਤਾਨੀ ਨਹੀਂ ਜਿਹੜਾ ਸਾਹੀਵਾਲ ਦੇ ਵਿੱਚ ਇੱਕ ਰੰਗ ਡੱਬਾ ਆ ਜਾਵੇ, ਚਿੱਟਾ ਆ ਜਾਵੇ ਤਾਂ ਉਹਨੂੰ ਚੋਲਿਸਤਾਨੀ ਬਣਾ ਦਿੰਦੇ ਨੇ। ਇਹ ਇਲਾਕਾ ਵੀ ਚੋਲਿਸਤਾਨ ਦਾ, ਹੈਡ ਇਸਲਾਮ ਕ੍ਰਾਸ ਕਰਕੇ ਅੱਗੇ ਟੋਟਲ ਹਾਸਲਪੁਰ ਦਾ ਇਲਾਕਾ, ਪਿਓਰ ਚੋਲਿਸਤਾਨੀ ਗਾਵਾਂ ਦਾ ਇਲਾਕਾ ਹੈ ਜੀ। ਚੋਲਿਸਤਾਨੀ ਗਾਂ ਤੁਹਾਨੂੰ ਦਿਖਾ ਰਿਹਾ ਦੋਸਤੋ। ਸੂਈ ਹੋਈ ਗਾਂ ਹੈ ਜੀ। ਕਿੰਨਵਾਂ ਵਾਰਾ ਸੂਈ ਹੋਈ ਹੈ? ਦੂਜਾ ਸੂਆ ਸੂਈ ਜੀ, ਬਿਲਕੁਲ ਦੂਜਾ ਵਾਰਾ ਸੂਈ ਹੋਈ ਹੈ। ਪਿਆਰੀ ਝੋਲ ਥੱਲੇ ਬੈੜਾ ਵੱਛਾ, ਮਗਰ ਵੱਛਾ ਇਹਦਾ ਕ੍ਰਾਸ ਹੋ ਜੀ, ਇਹਦਾ ਬਾਹਰ ਲਿਆ ਚਲੋ। ਅਪਰਾ ਵੱਛਾ ਵੀ ਆਸੋ ਖਾਦੀ, ਬੜਾ ਪਿਆਰਾ ਵੱਛਾ ਇਹ ਜੀ। ਚੋਲਿਸਤਾਨ ਦੀਆਂ ਗਾਵਾਂ ਤਕਰੀਬਨ ਕੋਈ ਬਾਈ ਗੁਲਾਮ ਦਸਤਗੀਰ ਦੇ ਕੋਲ ਰਾਊਂਡ ਬੋਰਡ 200 ਤੋਂ 300 ਹੈ। ਬਿਲਕੁਲ ਇਹ ਨਹੀਂ ਕਿ ਸਿਰਫ ਇਹ ਹੀ ਹੈ, ਕੋਈ ਵੀ ਦੋਸਤ ਹੋਰ ਸ਼ੌਕ ਨਾਲ ਆਉਣਾ ਚਾਹੇ, ਵੇਖਣਾ ਚਾਹੇ, ਖਰੀਦਣਾ ਚਾਹੇ ਮਿਲ ਜਾਣਗੀਆਂ। ਦੂਸਰਾ ਵਾਰਾ ਸੂਈ ਹੋਈ ਹੈ ਥੱਲੇ ਵੱਛਾ। ਇਹਦੇ ਕੋਲ ਦੁੱਧ ਕਿੰਨਾ ਜੀ? ਇਹਦੇ ਕੋਲ ਦੁੱਧ 14-15 ਕਿਲੋ ਕਰਨ ਡਈ ਜੀ। 14-15 ਕਿਲੋ ਕਰਦੀ ਪਈ। ਇਹਦੇ ਕਿੰਨੇ ਕੁ ਦਿਨਾਂ ਦੀ ਸੂਈ ਹੋਈ? 15 ਦਿਨਾਂ ਦੀ ਸੂਈ ਹੈ ਬੱਚਾ, ਫਲ ਤੁਹਾਡੇ ਸਾਹਮਣੇ ਆ ਬੱਚਾ ਇਹਦਾ ਨਾ। ਜੀ ਠੀਕ ਹੋ ਗਿਆ। ਤੇ ਅਸੀਲ ਸ਼ਰਾਫ? ਅਸੀਲ ਸ਼ਰਾਫ ਬਿਲਕੁਲ। ਥਣਾਂ ਦੀ ਕਲੀਅਰ? ਥਣਾਂ ਦੀ ਕਲੀਅਰ ਸਾਹਮਣੇ ਤੁਹਾਡੇ ਮੋਟਾ ਥਣ ਮੱਝਾਂ ਦਾ ਮਾਸ਼ਾਅੱਲਾ। ਚੋਲਿਸਤਾਨੀ ਨਸਲ ਦੀ ਇਹ ਅਲਾਮਤ ਹੁੰਦੀ ਹੈ ਜੀ ਕਿ ਥਣ ਮੋਟਾ ਤੇ ਮਾਸ਼ਾਅੱਲਾ ਸਾਫ ਚਿੱਟਾ ਦੁੱਧ ਦੂਜਾ ਨਹੀਂ। ਤੇ ਥੱਲੇ ਉਹ ਜਾਲਰ ਨਜ਼ਰ ਆ ਰਹੀ ਹੈ ਵੀ ਖਾਸ ਚੋਲਿਸਤਾਨੀ ਦੀ ਨਿਸ਼ਾਨੀ ਹੈ। ਇਹ 14-15 ਕਿਲੋ ਪੱਕਾ ਚੁਆਈ ਕਰਵਾ ਕੇ ਦਿਓਗੇ? ਚੁਆਈ ਕਰਾ ਕੇ ਜੀ, ਭਾਵੇਂ ਕੋਈ 2-3 ਦਿਨ ਸਾਡੇ ਕੋਲ ਇੱਥੇ ਰਹਿ ਕੇ ਚੋ ਕੇ ਖੜੇ। ਠੀਕ ਹੋ ਗਿਆ ਜੀ। ਇਹਦੀ ਹੁਣ ਬੋਲੋ ਹਾਂ ਗੱਲਾਂ ਪਿਆਰ ਦੀਆਂ ਕਰੋ ਤੇ ਕੀਮਤ ਦੱਸੋ। ਮਾਲ ਤੇ ਬੜਾ ਬੜਾ ਮੁੱਲ ਹੈ, 2,10,000 ਰੁਪਈਆ ਜੀ ਇਸ ਬੈਡ ਦਾ ਨਾ। 2,10,000 ਰੁਪਈਆ? ਹਾਂਜੀ, ਮਸੇ 3-3 ਲੱਖ ਤੇ ਜਾਂਦੀਆਂ ਨੇ ਤੇ ਇਹ ਤਾਂ ਮਕੂਲ ਰੇਟ ਨੂੰ ਦੱਸਣ ਦੇ ਅਸੀਂ ਸੋਹਣਾ ਬਿਹਤਰੀਨ। ਅੱਛਾ ਅੱਛਾ, ਚੋਲਿਸਤਾਨੀ। ਚਲੋ ਥੋੜ੍ਹਾ ਜਿਹਾ ਮੈਨੂੰ ਤਾਂ ਮਹਿਸੂਸ ਹੋਇਆ, ਮੇਰੇ ਆਪ ਦੇ ਇਲਾਕੇ ਦੇ ਹਿਸਾਬ ਨਾਲ ਥੋੜ੍ਹਾ ਜਿਹਾ ਓਵਰ ਮਹਿਸੂਸ ਹੋਇਆ, ਲੇਕਿਨ ਦੇਸੀ ਦੇ ਉਹ ਕ੍ਰਾਸ ਹਨ। ਠੀਕ ਹੈ, ਪਿਓਰ ਚੋਲਿਸਤਾਨੀ। ਇਹਦੇ 'ਚ ਪਿਆਰ ਮੁਹੱਬਤ ਕਰਕੇ ਤੇ ਗੱਲਾਂ ਮੁਕਾਈਏ ਜੀ ਤੇ ਵੀਡੀਓ ਨੂੰ ਕਰੀਏ ਅੱਲਾ ਹਾਫਿਜ਼। ਇੱਕੋ ਪਿਆਰ ਦੀ ਗੱਲ ਕਰੋ, ਇੱਕੋ ਪਿਆਰ ਦੀ। ਆਖਰੀ ਡੰਗਰ ਆ ਜੀ, 1,95,000 ਰੁਪਈਆ ਭਰਾਵਾਂ ਵਾਸਤੇ। ਠੀਕ ਹੋ ਗਿਆ ਜੀ, ਜਿਹਨੂੰ ਚੰਗੀ ਲੱਗੇ ਮਜ਼ੀਦ ਰਾਬਤਾ ਕਰਕੇ ਇਨਸ਼ਾਅੱਲਾ ਤੁਹਾਡੇ ਨਾਲ ਕਰ ਲੈਣਗੇ। ਤੇ ਠੀਕ ਹੈ ਦੋਸਤੋ, ਵੀਡੀਓ ਹੋਈ ਹੈ ਜੀ ਮੁਕੰਮਲ, ਜ਼ਰੂਰ ਐਂਡ ਤੱਕ ਵੇਖਿਆ ਜੇ, ਕੋਈ ਗਲਤੀ ਕੁਤਾਹੀ ਹੋਏ ਤਾਂ ਮਾਫ਼ ਕਰਿਆ ਜੇ ਤੇ ਕਮੈਂਟ ਦੇ ਵਿੱਚ ਜ਼ਰੂਰ ਦੱਸਿਆ ਜੇ। ਅਗਲੀ ਵੀਡੀਓ ਤੱਕ ਦੇਵੋ ਇਜਾਜ਼ਤ, ਅੱਲਾ ਹਾਫਿਜ਼।